ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਵਪ੍ਰੀਤ ਵਰਮਾ ਵਿਨਿਅਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਜਗਰਾਉਂ ਤੋਂ ਅੱਜ ਇੱਕ ਹੋਰ ਖੁਸ਼ਖਬਰੀ ਹੈ ਜੀ ਪੁਸ਼ਪਿੰਦਰ ਸਿੰਘ ਧਾਲੀਵਾਲ ਜੋ ਕਿ ਚਚਰਾਰੀ ਪਿੰਡ ਤੋਂ ਨੇ ਇਹਨਾਂ ਦਾ ਸਟੱਡੀ ਵੀਜ਼ਾ ਆਇਆ ਹੈ ਇੱਕ ਰਿਫਿਊਜ਼ਲ ਤੋਂ ਬਾਅਦ ਪੁਸ਼ਪਿੰਦਰ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਵਿਨਿਅਰ ਇੰਗਲਿਸ਼ ਦੇ ਸਰ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਰਿਹਾ ਜਿਵੇਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਮੇਰੀ ਵਿਜ਼ਟਰ ਵੀਜ਼ਾ ਰਿਫਿਊਜ਼ਲ ਸੀ ਕੈਨੇਡਾ ਤੋਂ ਅਤੇ ਮੈਨੂੰ ਬਹੁਤ ਹੀ ਡਰ ਸੀ ਵੀ ਵੀਜ਼ਾ ਆਊ ਕਿ ਨਹੀਂ ਮੈਂ ਕਾਫੀ ਵਿਜ਼ਿਟ ਕੀਤੇ ਪਰ ਮੈਨੂੰ ਕਿਤੇ ਸੈਟੀਸਫੈਕਸ਼ਨ ਨਹੀਂ ਮਿਲੀ ਪਰ ਜਦੋਂ ਮੈਂ ਇੱਥੇ ਆਇਆ ਤੁਸੀਂ ਮੈਨੂੰ ਸਹੀ ਗਾਈਡ ਕੀਤਾ ਤੁਹਾਡੇ ਕੋਰਸ ਤੋਂ ਲੈ ਕੇ ਵੀਜ਼ਾ ਕਿੰਨੇ ਦਿਨਾਂ 'ਚ ਵੀਜ਼ਾ ਆ ਗਿਆ ਤੁਹਾਡਾ 22 ਡੇਜ਼ 'ਚ ਵੀਜ਼ਾ 22 ਡੇਜ਼ ਦੇ ਵਿੱਚ ਆ ਗਿਆ ਸੋ ਇਹਨਾਂ ਦਾ ਕੇਸ ਬਹੁਤ ਕੰਪਲੀਕੇਟਡ ਸੀਗਾ ਸਾਰੇ ਸਟੂਡੈਂਟਸ ਨੂੰ ਔਰ ਪੇਰੈਂਟਸ ਨੂੰ ਦੱਸਣਾ ਚਾਹੂੰਗਾ ਬਹੁਤ ਸਾਰੇ ਪੇਰੈਂਟਸ ਨੂੰ ਇਹ ਹੁੰਦਾ ਹੈ ਕਿ ਬੱਚਾ ਸਾਡਾ ਵਿਜ਼ਟਰ ਵੀਜ਼ਾ 'ਤੇ ਕੈਨੇਡਾ ਚਲਾ ਜਾਵੇ ਤਾਂ ਈਜ਼ਲੀ ਸੈਟਲ ਹੋ ਜਾਵੇ ਬਟ ਮੈਂ ਇਹ ਚੀਜ਼ ਹਮੇਸ਼ਾ ਕਹਿੰਦਾ ਹੈ ਕਿ ਬੱਚਿਆਂ ਦਾ ਵਿਜ਼ਟਰ ਵੀਜ਼ਾ ਕਦੀ ਅਪਲਾਈ ਨਾ ਕਰੋ ਪੇਰੈਂਟਸ ਜਿਹੜੇ ਵਿਜ਼ਟਰ ਵੀਜ਼ਾ ਬੱਚੇ ਦਾ ਆਪ ਵੀ ਅਪਲਾਈ ਕਰਦੇ ਉਹ ਵੀ ਰਿਫਿਊਜ਼ਲ ਉਹਨਾਂ ਦਾ ਵੀ ਆ ਜਾਂਦਾ ਹੈ ਸਿਰਫ ਵਿਜ਼ਟਰ ਵੀਜ਼ਾ ਸਮਟਾਈਮ ਸਕੂਲਿੰਗ ਵੀਜ਼ਾ ਦੇ ਵਿੱਚ ਜਦੋਂ ਸਕੂਲਸ ਟ੍ਰਿਪ ਲੈ ਕੇ ਜਾਂਦੇ ਆ ਕੈਨੇਡਾ ਜਾਂ ਹੋਰ ਕੰਟਰੀਜ਼ ਦੇ ਵਿੱਚ ਸਮਹਾਓ ਉਹ ਕੁਝ ਪਰਸੈਂਟੇਜ ਉਹਨਾਂ ਦਾ ਸਕਸੈਸਫੁਲ ਹੁੰਦਾ ਬਟ ਅਨਮੈਰਿਡ ਬੱਚਿਆਂ ਦਾ ਛੋਟੇ ਬੱਚਿਆਂ ਦਾ ਵਿਜ਼ਟਰ ਵੀਜ਼ਾ ਬਿਲਕੁਲ ਅਪਲਾਈ ਨਾ ਕਰੋ ਇਹਨਾਂ ਨੇ ਵੀ ਇਹੀ ਗਲਤੀ ਕੀਤੀ ਸੀਗੀ ਇਹਨਾਂ ਦੀ ਫਾਈਲ ਓਵਰ ਕੰਪਲੀਕੇਟਡ ਹੋ ਚੁੱਕੀ ਸੀਗੀ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਉਹਦੇ 'ਤੇ ਕਈ ਕਲੋਜ਼ਿਸ ਸੀਗੇ ਜਿਹੜੇ ਸਾਨੂੰ ਕਾਫੀ ਉਹਨਾਂ ਦਾ ਸਟਰਗਲ ਕਰਨਾ ਪਿਆ ਔਰ ਅਲਟੀਮੇਟਲੀ ਕਾਫੀ ਮੁਸ਼ਕਤ ਤੋਂ ਬਾਅਦ ਸਾਨੂੰ ਅਸੀਂ ਵੀਜ਼ਾ ਤੱਕ ਪਹੁੰਚੇ ਹਾਂ ਤੁਸੀਂ ਦੇਖ ਸਕਦੇ ਹੋ ਪੁਸ਼ਪਿੰਦਰ ਦਾ 22 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਸੋ ਅਗਰ ਤੁਸੀਂ ਵੀ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਪਹਿਲਾਂ ਰਿਫਿਊਜ਼ਲ ਹੈ ਇੱਕ ਵਾਰ ਸਾਡੇ ਕੋਲ ਆਓ ਮਿਲੋ ਔਰ ਆਪਣੀ ਫਾਈਲ ਨੂੰ ਅਸੈਸ ਕਰੋ ਐਟ ਕਮ ਐਟ ਵੈਨਿਊਰ ਇੰਗਲਿਸ਼ ਰਾਈਕੋਟ ਰੋਡ ਓਪੋਜ਼ਿਟ ਸੋਨਾਲੀਕਾ ਟਰੈਕਟਰ ਏਜੰਸੀ ਥੈਂਕ ਯੂ